ਸਾਡੇ ਕੋਲ ਇੱਕ ਪੇਸ਼ੈਂਟ ਆਇਆ, ਜੱਸਾ ਨਾਂ ਆਇਆ ਹੁੰਦਾ, ਤੇ ਉਹਨਾਂ ਨੇ ਦੱਸਿਆ ਸਾਡੀ ਭੀੜ ਕੇ ਲੜਾਈ ਹੋਈ ਹੈ, ਤੇ ਉਹਨੇ ਨਾ ਆ ਕੇ ਪਰਚਾ ਕਟਾਇਆ ਸੀ ਨਾ ਪਰਚਾ ਕੱਟਦਾ। ਇੱਕ ਹੀ ਜ਼ਖਮੀ ਹੈ? ਹਾਂਜੀ, ਦਾਖਲ ਕਰ ਲਿਆ ਸਰ? ਨਹੀਂ, ਹਾਲੇ ਤਾਂ ਇੱਕ ਵਾਰੀ ਉਹਨੇ ਐਕਸਰੇ ਕਰਾਉਣ ਲਈ ਭੇਜਿਆ, ਐਕਸਰੇ ਵੇਖ ਕੇ ਭੇਜਦੇ ਹਾਂ, ਦਿੱਕਤ ਆਈ ਤਾਂ ਦਾਖਲ ਕਰੀ। ਸ਼ਾਦੀ ਬੇਟੀ ਦੀ? ਹਾਂਜੀ ਹਾਂਜੀ, ਤੇ ਬਸ ਇਹ ਨੱਚ ਟੱਪ ਰਿਹਾ ਸੀ, ਤੇ ਉਸ ਤੋਂ ਬਾਅਦ ਇਹਨਾਂ ਸਾਨੂੰ ਮਾਰਨਾ ਕੁੱਟਣਾ ਸ਼ੁਰੂ ਕਰਤਾ। ਹਾਂਜੀ, ਬਰਾਤ ਆਣੀ ਸਾਡੀ 12 ਵਜੇ। ਹਾਂਜੀ, ਰਾਤ ਨੂੰ ਆਇਆ, ਰਾਤ ਨੂੰ 2 ਵਜੇ ਦਾ ਟਾਈਮ। ਮੇਰੇ ਜੇਠ ਦਾ ਕੀਤਾ ਵੀ ਉਹ ਨਾਲ ਮੁੰਡੇ ਲੈ ਕੇ ਪਿੰਡ ਦੇ ਵੀ ਇੱਕ ਨਾ ਪਤਾ ਨੀ ਕੀ ਉਹਨਾਂ ਦਾ ਨਾਮ ਨੀ ਮੈਂ ਜਾਣਦੀ। ਹਾਂਜੀ ਹਾਂਜੀ, ਇਹਨਾਂ ਕਿਰਪਾਨ ਫੜੀ ਸੀ, ਉਹ ਮਾਰੀ ਮੇਰੇ ਵੱਡੇ ਭਰਾ ਦੇ, ਬਹੁਤ ਜ਼ਿਆਦਾ ਸੱਟ ਲੱਗੀ ਆ। ਹਾਂਜੀ, ਨੱਚਦਿਆਂ। ਹਾਂਜੀ ਹਾਂਜੀ, ਇਹ ਉਹਨਾਂ ਨੇ ਪਹਿਲਾਂ ਪਲਾਨ ਬਣਾਇਆ ਹੋਇਆ ਸੀ, ਸਾਨੂੰ ਨੀ ਪਤਾ, ਸਾਨੂੰ ਪਿੰਡ ਵਾਲੇ ਦੱਸਦੇ ਸੀ ਤੁਹਾਡੇ ਵਿਆਹ ਚ ਇੰਨਾ ਇਸ ਤਰ੍ਹਾਂ ਕਰਨਾ, ਅਸੀਂ ਵਿਸ਼ਵਾਸ ਨੀ ਕੀਤਾ, ਫਿਰ ਵੀ ਅਸੀਂ ਇਹਨਾਂ ਨੂੰ ਸੱਦ ਲਿਆ। ਹਾਂ, ਤੇ ਇਹਨਾਂ ਰਲ ਕੇ ਪਿੰਡ ਦੇ ਮੁੰਡੇ ਬੁਲਾ ਲਾ, ਤੇ ਸਾਡੇ ਨਾਲ ਇਸ ਤਰ੍ਹਾਂ ਕੀਤਾ ਇਹਨਾਂ। ਹੁਣ ਸਾਡੀ ਮੰਗ ਜਿਹੜਾ ਸਾਡਾ ਟੁੱਟਾ ਭੱਜਾ ਸਮਾਨ, ਮੇਰੇ ਪੈਸੇ ਡਿੱਗੇ ਮੇਰੀ, ਉਹ ਵੀ ਦੇਣ, ਤੇ ਜਿਹੜੇ ਸਾਡੀ ਸੋਨੇ ਦੀ ਗੁੜੀਆ ਮੇਰੇ ਭਰਾ ਦੀ ਆਈ ਨਵੀਂ ਵਿਆਹੀ ਕੁੜੀ, ਉਹਦੇ ਟੋਪਸ ਡਿੱਗੇ ਨੇ, ਉਹ ਵੀ ਲੈਣੇ ਆ ਮੈਂ ਸ਼ਾਦੀ ਬੇਟੀ ਦੀ। ਹਾਂਜੀ ਹਾਂਜੀ, ਤੇ ਬਸ ਇਹ ਨੱਚ ਟੱਪ ਰਿਹਾ ਸੀ, ਤੇ ਉਸ ਤੋਂ ਬਾਅਦ ਇਹਨਾਂ ਸਾਨੂੰ ਮਾਰਨਾ ਕੁੱਟਣਾ ਸ਼ੁਰੂ ਕਰਤਾ। ਹਾਂਜੀ, ਬਰਾਤ ਆਣੀ ਸਾਡੀ 12 ਵਜੇ। ਹਾਂਜੀ, ਰਾਤ ਨੂੰ ਆਇਆ, ਰਾਤ ਨੂੰ 2 ਵਜੇ ਦਾ ਟਾਈਮ। ਮੇਰੇ ਜੇਠ ਦਾ ਕੀਤਾ ਵੀ ਉਹ ਨਾਲ ਮੁੰਡੇ ਲੈ ਕੇ ਪਿੰਡ ਦੇ ਵੀ ਇੱਕ ਨਾ ਪਤਾ ਨੀ ਕੀ ਉਹਨਾਂ ਦਾ ਨਾਮ ਨੀ ਮੈਂ ਜਾਣਦੀ। ਹਾਂਜੀ ਹਾਂਜੀ, ਇਹਨਾਂ ਕਿਰਪਾਨ ਫੜੀ ਸੀ, ਉਹ ਮਾਰੀ ਮੇਰੇ ਵੱਡੇ ਭਰਾ ਦੇ, ਬਹੁਤ ਜ਼ਿਆਦਾ ਸੱਟ ਲੱਗੀ ਆ। ਹਾਂਜੀ, ਨੱਚਦਿਆਂ। ਹਾਂਜੀ ਹਾਂਜੀ, ਇਹ ਉਹਨਾਂ ਨੇ ਪਹਿਲਾਂ ਪਲਾਨ ਬਣਾਇਆ ਹੋਇਆ ਸੀ, ਸਾਨੂੰ ਨੀ ਪਤਾ, ਸਾਨੂੰ ਪਿੰਡ ਵਾਲੇ ਦੱਸਦੇ ਸੀ ਤੁਹਾਡੇ ਵਿਆਹ ਚ ਇੰਨਾ ਇਸ ਤਰ੍ਹਾਂ ਕਰਨਾ, ਅਸੀਂ ਵਿਸ਼ਵਾਸ ਨੀ ਕੀਤਾ, ਫਿਰ ਵੀ ਅਸੀਂ ਇਹਨਾਂ ਨੂੰ ਸੱਦ ਲਿਆ। ਹਾਂ, ਤੇ ਇਹਨਾਂ ਰਲ ਕੇ ਪਿੰਡ ਦੇ ਮੁੰਡੇ ਬੁਲਾ ਲਾ, ਤੇ ਸਾਡੇ ਨਾਲ ਇਸ ਤਰ੍ਹਾਂ ਕੀਤਾ ਇਹਨਾਂ। ਹੁਣ ਸਾਡੀ ਮੰਗ ਜਿਹੜਾ ਸਾਡਾ ਟੁੱਟਾ ਭੱਜਾ ਸਮਾਨ, ਮੇਰੇ ਪੈਸੇ ਡਿੱਗੇ ਮੇਰੀ, ਉਹ ਵੀ ਦੇਣ, ਤੇ ਜਿਹੜੇ ਸਾਡੀ ਸੋਨੇ ਦੀ ਗੁੜੀਆ ਮੇਰੇ ਭਰਾ ਦੀ ਆਈ ਨਵੀਂ ਵਿਆਹੀ ਕੁੜੀ, ਉਹਦੇ ਟੋਪਸ ਡਿੱਗੇ ਨੇ, ਉਹ ਵੀ ਲੈਣੇ ਆ ਮੈਂ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।